ਜਿਵੇਂ ਕਹਿੰਦੇ ਹੁੰਦੇ ਆ ਵੀ ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿੱਚ ਰਾਜੀ, ਤਾਂ ਅੱਜ ਮੈਂ ਤੁਹਾਨੂੰ ਇਹੋ ਜਿਹੀ ਇੱਕ ਚੀਜ਼ ਦਿਖਾਉਣਾ ਵੀ ਰੱਬ ਸੱਚੀ ਪਤਾ ਨਹੀਂ ਵੀ ਕਿਹੜਿਆਂ ਰੰਗਾਂ ਦੇ ਵਿੱਚ ਰਾਜੀ ਆ। ਆ ਜਾ ਕਹਿਣਾ ਲਵੇ ਲਿਆ ਮਿੱਤਰਾ ਕੈਮਰਾ, ਜਿਹੜੀ ਤੁਸੀਂ ਆਹ ਬੱਛੀ ਦੇਖ ਰਹੇ ਹੋ ਮੇਰੇ ਸਾਹਮਣੇ, ਦੇਖਣ ਨੂੰ ਇੰਨੀ ਸੋਹਣੀ ਸੁਨੱਖੀ ਹੈ, ਨਸਲ ਦੀ ਹੈ, ਜਰਸੀ ਨਸਲ ਦੀ ਬੱਛੀ ਹੈ, ਅਤੇ ਰੱਬ ਨੇ ਇੱਕ ਚੀਜ਼ ਨਾ ਮਾੜੀ ਕਰਤੀ, ਇਹਨੂੰ ਵਿਚਾਰੀ ਨੂੰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਹੈਗਾ। ਅਸੀਂ ਕਿਸੇ ਯਾਰ ਮਿੱਤਰ ਤੋਂ ਲਿੱਤੀ ਸੀ ਗਾਂ, ਉਹਦੇ ਪਿੱਛੇ ਇਹ ਬੱਛੀ ਆਈ ਸੀ ਜਰਸੀ ਨਸਲ ਦੀ। ਲਵੇ ਲਿਆ ਵੀ ਮਾੜਾ ਜਿਹਾ ਕੈਮਰਾ, ਆਹ ਦੇਖੋ ਬਲਦਾ ਦੀਆਂ ਅੱਖਾਂ ਦੇਖੋ, ਮੈਂ ਤੁਹਾਨੂੰ ਸਾਰੀ ਸਟੋਰੀ ਦੱਸੂ ਵੀ ਇਹ ਵਿਚਾਰੀ ਦੀ ਕੀ ਕਹਾਣੀ ਆ। ਦੇਖੋ ਇਹਨੂੰ, ਆਹ ਦੇਖੋ ਕੁਛ ਨਹੀਂ ਫੀਲ ਹੁੰਦਾ। ਜਿੱਦਾਂ ਇਹ ਬੱਛੀ ਸਾਡੇ ਘਰ ਆਈ, ਸਾਨੂੰ ਨਹੀਂ ਪਤਾ ਸੀ ਵੀ ਇਹਨੂੰ ਅੱਖਾਂ ਤੋਂ ਦਿਖਦਾ ਨਹੀਂ ਹੈਗਾ, ਇਹ ਤਾਹਾਂ ਨੂੰ ਮੂੰਹ ਚੱਕ ਕੇ ਖੜ੍ਹ ਜਿਆ ਕਰੇ, ਜਦੋਂ ਅਸੀਂ ਪਾਣੀ ਧਰਿਆ ਕਰੀਏ ਪਾਣੀ ਨਾ ਪੀਆ ਕਰੇ, ਅਤੇ ਨਾ ਖਾਇਆ ਕਰੇ ਐਵੇਂ, ਜਦੋਂ ਮਾੜਾ ਮੋਟਾ ਬੱਠਲ ਖੜਕਾਇਆ ਕਰੀਏ ਉਦੋਂ ਨੂੰ ਪਤਾ ਲੱਗ ਜਿਆ ਕਰੇ। ਅਤੇ ਮੈਂ ਮੁੰਡੇ ਨੂੰ ਫੋਨ ਕਰਿਆ, ਮੈਂ ਬਈ ਯਾਰ ਮਹਾਂ ਬੱਚੇ ਨੂੰ ਦਿਖਦਾ ਨਹੀਂ, ਕਹਿੰਦਾ ਨਾ ਯਾਰ, ਕਹਿੰਦਾ ਆਪਣੇ ਤਾਂ ਕੋਈ ਇਹੋ ਚੀਜ਼ ਹੋਈ ਨਹੀਂ। ਅਤੇ ਉਹਨਾਂ ਦੇ ਥਾਂ ਥੋੜ੍ਹਾ ਸੀਗਾ, ਇੱਕ ਜਗ੍ਹਾ 'ਤੇ ਬੰਨੀ ਰਹਿੰਦੀ ਸੀ, ਤਾਂ ਕਰਕੇ ਬੜਾ ਪਤਾ ਨਹੀਂ ਲੱਗਿਆ ਆਪਣੇ, ਚਲੇ ਇੱਧਰ ਉੱਧਰ ਬੱਛੀ ਨੂੰ ਜਦੋਂ ਆਪਾਂ ਲੈ ਕੇ ਜਾਂਦੇ ਹਾਂ ਜਾਂ ਗਾਂ ਥੱਲੇ ਛੱਡਦੇ ਸੀਗੇ ਤਾਂ ਪਤਾ ਲੱਗ ਗਿਆ। ਇੱਕ ਦੋ ਦਿਨ ਤਾਂ ਡਾਊਟ ਰਿਹਾ ਵੀ ਯਾਰ ਨਹੀਂ ਯਾਰ, ਇਹਨੂੰ ਤਾਂ ਨਹੀਂ, ਐਂ ਤਾਂ ਨਹੀਂ ਹੋਣਾ ਵੀ ਇਹਨੂੰ ਨਾ ਦਿਖਦਾ ਹੋਵੇ। ਅਤੇ ਪਰ ਦੂਜੇ ਤੀਜੇ ਨੇ ਸਾਨੂੰ ਪੱਕੀ ਜੱਜਮੈਂਟ ਹੋ ਗਈ ਵੀ ਇਹਨੂੰ ਦਿਖਦਾ ਨਹੀਂ ਹੈਗਾ, ਜਦੋਂ ਅਸੀਂ ਐਂ ਕਰ ਦੇਖਿਆ ਇਹਦੇ ਮੂਹਰੇ ਚਟਕੀਆਂ ਮਾਰੀਆਂ, ਹੈ ਨਾ ਵੀ ਇਹ ਅੱਖ ਫੜਕਾਉਂਦੀ ਹੈ ਕਿ ਨਹੀਂ, ਫਿਰ ਸਾਨੂੰ ਪਤਾ ਲੱਗਿਆ ਵੀ ਇਹਨੂੰ ਦਿਖਦਾ ਨਹੀਂ। ਅਤੇ ਉੱਥੋਂ ਸਾਨੂੰ ਪਤਾ ਲੱਗਿਆ ਵੀ ਭਾਈ ਇਹ ਤਾਂ ਜਨਮ ਤੋਂ ਹੀ ਵਿਚਾਰੀ ਇੰਨੀ ਆ, ਦੇਖੋ ਇੰਨੀ ਸੋਹਣੀ ਸੁਨੱਖੀ, ਦੇਖਣ ਨੂੰ ਜਮ੍ਹਾਂ ਰੋਜ਼ ਵਰਗੀ ਬੱਛੀ ਆ, ਅਤੇ ਬਸ ਇੱਕੋ ਹੀ ਰੱਬ ਨੇ ਇਹਦੇ ਨਾਲ ਮਾੜਾ ਕਰਿਆ ਵੀ ਇਹਨੂੰ ਵਿਚਾਰੀ ਨੂੰ ਅੱਖਾਂ ਤੋਂ ਨਹੀਂ ਦਿਖਦਾ, ਜਮ੍ਹਾਂ ਨਸਲ ਦੀ ਹੈ, ਪੂਰੀ ਪਿਓਰ ਬੱਛੀ ਹੈ। ਅਤੇ ਹੁਣ ਜਿਹਦੇ ਮੂਹਰੇ ਅਸੀਂ ਬੱਠਲ ਖੜਕਾ ਕੇ ਐਵੇਂ ਕਰ ਦਿੰਦੇ ਹਾਂ ਤਾਂ ਇਹ ਖਾਣ ਲੱਗ ਜਾਂਦੀ ਆ, ਜੇ ਬੱਠਲ ਖੜਕਾ ਕੇ ਇਹਦੇ ਮੂਹਰੇ ਪਾਣੀ ਐਵੇਂ ਕਰ ਦਿੰਦੇ ਹਾਂ ਤਾਂ ਇਹ ਪਾਣੀ ਪੀਣ ਲੱਗ ਜਾਂਦੀ ਆ। ਤੁਸੀਂ ਦੇਖੋ ਵੀ ਕੋਈ ਘਾਟ ਨਹੀਂ ਦੀ, ਰੱਬ ਨੇ ਪਤਾ ਨਹੀਂ ਇਹਦੇ ਨਾਲ ਕਿਹੜਾ ਬੈਰ ਖੱਟਿਆ ਵੀ ਇਹਨੂੰ ਵਿਚਾਰੀ ਨੂੰ ਅੱਖਾਂ ਤੋਂ ਨਹੀਂ ਦਿਖਦਾ, ਜਨਮ ਤੋਂ ਨਹੀਂ ਦਿਖਦਾ ਹੈਗਾ। ਦੇਖ ਲਓ ਹੁਣ ਤੁਹਾਨੂੰ ਮੈਂ ਇਹ ਤੋਰ ਕੇ ਦਿਖਾਊਂਗਾ ਵੀ ਅਸਲ ਵਿੱਚ ਜਦੋਂ ਆਪਾਂ ਨੂੰ ਤੋਰਦੇ ਹਾਂ ਸਾਨੂੰ ਕੀ ਪ੍ਰੋਬਲਮ ਆਉਂਦੀ ਆ ਵੀ। ਆਹ ਦੇਖੋ ਹੁਣ ਆਪਾਂ ਨੂੰ ਖੋਲਦੇ ਹਾਂ, ਠੀਕ ਹੈ, ਜਦੋਂ ਆਪਾਂ ਇਹਨੂੰ ਖੋਲਦੇ ਹਾਂ ਇੱਕ ਤਾਂ ਇਹ ਤੇਜ਼ ਭੱਜਦੀ ਆ ਨਿਆਣੀ ਆ, ਆ ਇਹ ਨਹੀਂ ਤਾਂ ਕਿੱਧਰ ਵੱਜੇ। ਆਹ ਦੇਖੋ ਉਹਨੂੰ ਕੁਛ ਨਹੀਂ ਪਤਾ ਲੱਗਦਾ, ਆ ਦੇਖੋ ਹਟ ਜਾਓ ਇੱਕ ਮਿੰਟ, ਆਹ ਦੇਖੋ, ਆਹ ਦੇਖੋ ਹੁਣ ਇਹਨੂੰ ਕੁਛ ਨਹੀਂ ਪਤਾ ਜੀ ਮੂਹਰੇ ਕੀ ਹੈਗਾ। ਆਹ ਦੇਖੋ ਇਹ ਐਂ ਐਂ ਵਿੱਚ ਵੱਜਦੀ ਆ ਇਹ, ਹੁਣ ਜੇ ਆਪਾਂ ਇਹਨੂੰ ਇੱਧਰ ਤੋੜਦੇ ਹਾਂ, ਆਹ ਦੇਖੋ ਆ ਜਾ ਆ ਜਾ ਆ ਜਾ ਆ ਜਾ, ਆਹ ਦੇਖੋ ਉਹਨੂੰ ਪਤਾ ਨਹੀਂ ਹੈਗਾ ਮੂਹਰੇ ਰੇੜਾ ਹੈਗਾ ਦੇ, ਇਹ ਐਂ ਐਂ ਵਿੱਚ ਵੱਜਦੀ ਆ ਇਹ। ਅਤੇ ਆਹ ਦੇਖੋ ਹੁਣ ਇਹਨੂੰ, ਆਹ ਦੇਖੋ ਹੁਣ ਜੇ ਆਪਾਂ ਇਹਨੂੰ ਸਾਹਮਣੇ ਤੋਰਾਂਗੇ ਨਾ, ਆਹ ਦੇਖੋ ਆਹ ਦੇਖੋ ਆਹ ਦੇ ਐਂ ਐਂ ਵਿੱਚ ਵੱਜਦੀ, ਇਹਨੂੰ ਪਤਾ ਨਹੀਂ ਵਿਚਾਰੀ ਨੂੰ, ਇੱਕ ਨਿਆਣੀ ਆ ਤੁਰਦੀ ਤੇਜ਼ ਆ ਭੱਜਦੀ ਹੈ। ਅਤੇ ਦੇਖ ਲਓ ਇਹ ਸਭ ਤੋਂ ਵੱਡੀ ਦਿੱਕਤ ਆਉਂਦੀ ਹੈ ਵੀ ਆਪਾਂ ਇਹਨੂੰ ਇਕੱਲੀ ਨੂੰ ਕਿਤੇ ਐਂ ਰੱਸਾ ਸਿੱਟ ਕੇ ਉੱਤੇ ਆਪਾਂ ਨੂੰ ਤੋਰ ਨਹੀਂ ਸਕਦੇ, ਜੇ ਗਾਂ ਥੱਲੇ ਵੀ ਛੱਡਣੀ ਆ ਤਾਂ ਵੀ ਨਾਲ ਨਾਲ ਤੁਰਨਾ ਪਊਗਾ। ਐਡੀ ਕੇ ਵਿਚਾਰੀ ਦੀ ਬਦਕਿਸਮਤੀ ਹੈ ਵੀ ਇਹਨੂੰ ਵਿਚਾਰੇ ਨੂੰ ਦਿਖਦਾ ਨਹੀਂ ਹੈਗਾ। ਅਤੇ ਅਸੀਂ ਇਹਨੂੰ ਵੇਚਦੇ ਨਹੀਂ ਹੈਗੇ ਵੀ ਕਿਸੇ ਨੂੰ ਫੜਾ ਦਈਏ ਜਾਂ ਗਊਸ਼ਾਲਾ ਛੱਡਾਈਏ, ਜਿੰਨਾ ਟਾਈਮ ਸਾਥੋਂ ਇਹਦੀ ਦੇਖਭਾਲ ਹੋਈ ਹੈ ਨਾ ਕਰਾਂਗੇ, ਜਿੰਨਾ ਟਾਈਮ ਵਿਚਾਰੀ ਜਿਉਂਦੀ ਆ ਇੱਥੇ ਹੀ ਰੱਖਾਂਗੇ ਘਰੇ। ਅਤੇ ਜੇ ਵੀਡੀਓ ਚੰਗੀ ਲੱਗੀ ਮਿੱਤਰੋ ਸ਼ੇਅਰ ਕਰ ਦਿਓ, ਲਾਈਕ ਕਰ ਦਿਓ।